श्रोमणी अकाली दल नेत्री हरसिमरत बादल ने बताया कि झूठी क्रांतियों के नाम पर पेड़ विज्ञापनों के नाम पर आम आदमी पार्टी द्वारा पंजाब को बर्बाद किया जा रहा है। ਇਹ ਕਹਿੰਦੇ ਮੈਂ ਅੱਜ ਐਂ ਕਰਤਾ ਜੀ ਮੇਰੀ ਅੱਜ ਐਂ ਫੋਟੋ ਆਊਗੀ ਆਹ ਰੰਗ ਲਿਆ ਸਾਰਾ ਪੰਜਾਬ ਫੋਟੋਆਂ ਨਾਲ ਇਹ ਫੋਟੋਆਂ ਨਾਲ ਨਹੀਂ ਹੋਣਾ ਇਹ ਫੋਟੋਆਂ ਲਾ ਕੇ ਜਾਂ ਬੱਸਾਂ ਦੇ ਮਗਰਲੇ ਪਾਸੇ ਐਡਵਰਟਾਈਜ਼ਮੈਂਟ ਲਾ ਕੇ ਨਹੀਂ ਗੱਲ ਬਣਦੀ। 18 ਨਵੰਬਰ ਨੂੰ ਹੁਸ਼ਿਆਰਪੁਰ ਦੇ ਵਿੱਚ ਇੱਕ ਰੈਲੀ ਰੱਖੀ ਗਈ ਹੈ ਵਿਕਾਸ ਕ੍ਰਾਂਤੀ ਰੈਲੀ ਦਾ ਨਾਮ ਦਿੱਤਾ ਗਿਆ ਇਸ ਰੈਲੀ ਨੂੰ अरविंद केजरीवाल ਅਤੇ ਮੁੱਖ ਮੰਤਰੀ ਭਗਵੰਤ ਮਾਨ ਸ਼ਾਮਲ ਹੋਣਗੇ। ਜਿਹੜਾ ਵੀਵੀਆਈਪੀ ਕਲਚਰ ਖਤਮ ਕਰਨ ਦੀ ਗੱਲ ਕਹੀ ਗਈ ਸੀ ਇਸ਼ਤਿਹਾਰਬਾਜ਼ੀ ਖਤਮ ਕਰਨ ਦੀ ਗੱਲ ਕਹੀ ਗਈ ਸੀ ਉਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਅਰਵਿੰਦ ਕੇਜਰੀਵਾਲ ਨੇ ਲੰਘਣਾ ਹੈ ਉਸ ਰੋਡ ਦੇ ਹਾਲਾਤ ਤੁਹਾਨੂੰ ਦਿਖਾਵਾਂਗੇ ਕਿ ਇੱਕ ਇੱਕ ਫੁੱਟ ਦੇ ਉੱਤੇ ਹਰ ਕੰਧ ਦੇ ਉੱਤੇ ਤਸਵੀਰਾਂ ਲੱਗੀਆਂ ਹਨ। ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਇਲੈਕਸ਼ਨ ਦੇ ਪੈਸੇ ਖਰਚ ਹੋ ਰਹੇ ਆ ਪਰ ਜੇਕਰ ਕਹੀਏ ਕਿ ਜਿਹੜੇ ਅਧਿਆਪਕ ਕੰਮ ਕਰ ਰਹੇ ਆ ਸਕੂਲਾਂ ਦੀ ਨਿਹਾਰ ਨੂੰ ਵਧਾ ਰਹੇ ਆ ਦੇਸ਼ ਦਾ ਭਵਿੱਖ ਹੈਗੇ ਆ ਉਹਨਾਂ ਦੇ ਲਈ ਉਹਨਾਂ ਦੇ ਕੋਲ ਕੋਈ ਪੈਸਾ ਨਹੀਂ ਹੈਗਾ। ਸਰਕਾਰ ਆਪਣਾ ਜਿਹੜਾ ਪੈਸਾ ਹੈਗਾ ਆ ਉਹ ਬਰਬਾਦ ਕਰਕੇ ਦਿਖਾ ਰਹੀ ਆ ਲੋਕਾਂ ਦਾ ਜਿਹੜਾ ਪੈਸਾ ਲੋਕਾਂ ਦਾ ਟੈਕਸ ਹੈਗਾ ਬਰਬਾਦ ਹੋ ਰਿਹਾ। ਇੱਕ ਦਿਨ ਉਹਨਾਂ ਨੇ ਆਉਣਾ ਹੈਗਾ ਤੇ ਇੰਨੀਆਂ ਫਲੈਕਸਾਂ ਦੇ ਪੈਸੇ ਹੈਗੇ ਆ ਉਹ ਖਰਾਬ ਕੀਤੇ ਜਾ ਰਹੇ ਹੈਗੇ ਆ। ਅਗਰ ਕੋਈ ਕੰਮ ਦਰਸਾਉਣਾ ਹੈਗਾ ਤੇ ਕਰਕੇ ਦਰਸਾਉਣ ਮੇਰੇ ਕੋਲ ਪ੍ਰੂਫ ਹੈਗਾ ਸਾਹਮਣੇ ਤੁਹਾਡੇ ਫੋਟੋ ਲੱਗੀ ਹੋਈ ਆ ਇਹ ਕੰਮ ਕਰਕੇ ਦਿਖਾ ਦਿਓ। ਚੋਣਾਂ ਤੋਂ ਬਾਅਦ ਮਹੱਲੇ ਤੱਕ ਨਹੀਂ ਛੱਡੇ ਸਰ ਇਹਨਾਂ ਨੇ ਮੁਹੱਲਿਆਂ ਦੇ ਵਿੱਚ ਜਿੱਥੇ ਮੈਨੂੰ ਲੱਗਦਾ ਰੇਲਵੇ ਫਾਟਕ ਤੋਂ ਆਪਾਂ ਨੀਚੇ ਨੂੰ ਉਤਰਦੇ ਕੂੜੇ ਦਾ ਡੰਪ ਸੀ ਉਹ ਕੰਧਾਂ ਵੀ ਨਹੀਂ ਬਖਸ਼ੀਆਂ ਜੀ ਉਹ ਕੰਧਾਂ ਤੇ ਗੌਰਮੈਂਟ ਕਾਲਜ ਆ ਪ੍ਰਾਈਵੇਟ ਪ੍ਰਾਪਰਟੀਜ਼ ਤੇ ਬਹੁਤ ਸਾਰੇ ਲੋਕਾਂ ਦੇ ਪਲਾਟ ਆ ਉਹਨਾਂ ਤੇ ਫਲੈਕਸ ਬੋਰਡ ਲਗਾ ਦਿੱਤੇ ਗਏ ਨੇ। ਮੈਂ ਕੀ ਕਹਿਣਾ ਜੀ ਆਮ ਆਦਮੀ ਪਾਰਟੀ ਵਾਲੇ ਖੁਦ ਕਹਿੰਦੇ ਆ ਜੀ ਹਜ਼ਾਰ 1500 ਰੁਪਏ ਦੀ ਇੱਕ ਫਲੈਕਸ ਇਹਨਾਂ ਨੇ ਫੂਕਤੀ ਆ ਜੀ ਉਹਨਾਂ ਦੇ ਵਰਕਰ ਕਹਿੰਦੇ ਆ ਵਲੰਟੀਅਰ ਜਿਹਨਾਂ ਨੇ ਘਰ ਘਰ ਜਾ ਕੇ ਵੋਟਾਂ ਮੰਗੀਆਂ ਸੀ ਜਿਹਨਾਂ ਨੂੰ ਅੱਜ ਇਹ ਪੁੱਛਦੇ ਨੇ। ਜ਼ਿਆਦਾ ਹਿੰਦੁਸਤਾਨ ਮੇਂ ਕਿਸੇ ਵੀ ਬਿਮਾਰੀ ਕਾ ਇਲਾਜ ਕਰਵਾਉਣਾ ਬਹੁਤ ਮੁਸ਼ਕਿਲ ਬਹੁਤ ਮਹਿੰਗਾ ਗਲਤ। आप छरिया जनसा फाउंडेशन के मेंबर बनो बाइट मेडिकल कॉलेज एंड हॉस्पिटल आने वाले 5 साल तक आपका पूरा लाभ फ्री करेगा। धन्यवाद।